पर सानू भी इन्ना हौसला होया भी जो सानू यह मोबाइल मिल गया असीं बहुत खुश हाँ। तो पंजाब पुलिस की इस कारगुजारी तो असीं बहुत ज़्यादा खुश हाँ। तो इस नाल भी असीं धन्नवाद करना चाहुंदे पंजाब पुलिस का कि हाँ भी उन्होंने इन्ना वधिया काम किया। तो अज पर पुलिस ने लभ के सानू फोन करे जो पुलिस की कार्यकारी तो बड़ी खुशी हुई तो सारे ने पुलिस का बड़ा बड़ा धन्यवाद किया। बरनाला शहर दे विच पुलिस वल्लों अनोखी पहल करदे होए लोकां दे गवाचे होए मोबाइल फोन लभ के उन्हां नूं वापस कीते ने। इस दे बारे वधेरे जानकारी दिंदे होए SSP बरनाला श्री संदीप गोयल ने दस्या कि जिन्हां लोकां दे मोबाइल फोन रस्ते दे विच गिर गए सी या फिर ओह किते भुल आए सी तां दित्तियां गईयां शिकायतां ते बारीकी नाल काम करदे होए उन्हां दे वल्लों करीब 400 मोबाइल फोन लभ के लोगों वापस किए गए ने। इस नाल ही उन्होंने लोगों को अपील की कि जेकर वह पुराना मोबाइल फोन खरीदते हैं तो उस वक्त दुकानदार को बिल या फिर रसीद जरूर लैन। दस दिए कि पुलिस के इस कदम की लोगों ने खूब शलाघा भी की। मेरा फोन जी मैं 7 जनवरी लैता से 1 फरवरी यह गुम गया जी। 1 फरवरी गुमन तो बाद असी पूरी उम्मीद बिल्कुल गुमा चुके थे भी हाँ सानू कदे मोबाइल मिल जाएगा क्योंकि सानू असी कदे सोचा भी नहीं सी कि हाँ पुलिस कदे मोबाइल लभ के सानू दे सकदी है। तो पर सानू भी इन्ना हौसला होया भी जो सानू यह मोबाइल मिल गया असी बहुत खुश हाँ। तो पंजाब पुलिस की इस कारगुजारी तो असी बहुत ज़्यादा खुश हाँ। तो इस नाल भी असी धन्नवाद करना चाहुंदे पंजाब पुलिस का कि हाँ भी उन्होंने इन्ना वधिया काम किया। नहीं सानू कोई उम्मीद नहीं सी जी, मैं इंस्टॉलमेंट के उत्ते मोबाइल लैता सी जी, ये हले दी पहली किश्त भी गई नहीं सी जी। ਸਗੋਂ ਇਹ ਜਦੋਂ ਮੈਂ ਹਰ ਮਹੀਨੇ ਕਿਸ਼ਤ ਭਰ ਰਿਹਾ ਜੀ ਸਾਨੂੰ ਹਰ ਮਹੀਨੇ ਇਹ ਯਾਦ ਆਉਂਦਾ ਸੀਗਾ ਵੀ ਹਾਂ ਵੀ ਸਾਡਾ ਮੋਬਾਈਲ ਡਿੱਗ ਚੁੱਕਿਆ ਜੀ। ਨਹੀਂ ਅੱਜ ਤੱਕ ਅਸੀਂ ਇਹਦੇ ਕਦੇ ਨਹੀਂ ਦੇਖਿਆ ਜੀ ਵੀ ਹਾਂ ਵੀ ਮੋਬਾਈਲ ਲੱਭ ਕੇ ਦਿੱਤਾ ਹੋਵੇ ਕਿਸੇ। ਤਕਰੀਬਨ 400-500 ਮੋਬਾਈਲ ਅੱਜ ਮੇਰੇ ਸਾਹਮਣੇ ਇਹਨਾਂ ਲੱਭ ਕੇ ਦਿੱਤੇ ਜੀ। ਸਵਾ ਕੁ 2 ਮਹੀਨੇ ਹੋ ਗਏ ਜੀ ਗੁੰਮ ਹੋਏ ਨੂੰ ਬੱਸ ਸਟੈਂਡ ਤੋਂ ਜੀ। 25-1 ਨੂੰ ਗੁੰਮ ਹੋਏ ਜੀ 6:45 ਵਜੇ। ਕੋਈ ਆਸ ਨਹੀਂ ਸੀ ਮਿਲਣ ਦੀ। ਅਤੇ ਅੱਜ ਪਰ ਪੁਲਿਸ ਨੇ ਲੱਭ ਕੇ ਸਾਨੂੰ ਫੋਨ ਕਰਿਆ ਜਦੋਂ ਪੁਲਿਸ ਦੀ ਕਾਰਜਕਾਰੀ ਤੋਂ ਬੜੀ ਖੁਸ਼ੀ ਹੋਈ ਅਤੇ ਸਾਰਿਆਂ ਨੇ ਪੁਲਿਸ ਦਾ ਬੜਾ ਬੜਾ ਧੰਨਵਾਦ ਕੀਤਾ। ਹਾਂਜੀ ਇਹ ਪਹਿਲੀ ਵਾਰ ਹੋਇਆ ਪੁਰਾਣਾ ਦੀ। ਹਾਂਜੀ ਹੋਰ ਕਾਫੀ ਬੰਦਿਆਂ ਦੇ ਮੋਬਾਈਲ ਹੋਏ ਜੀ 8,000 ਦਾ। ਹਾਂ ਸਹੀ ਸੀ ਕਿ ਕੋਈ ਆਸ ਨਹੀਂ ਸੀ ਮਿਲਣ ਦੀ। ਇਸ ਤਰ੍ਹਾਂ ਹੈਗਾ ਕਿ ਸਾਂਝ ਕੇਂਦਰ ਵਿੱਚ ਜਿਸ ਤਰ੍ਹਾਂ ਲੋਕਾਂ ਦੇ ਕੋਈ ਮੋਬਾਈਲ ਗੁੰਮ ਹੋ ਜਾਂਦੇ ਨੇ ਅਤੇ ਉਹ ਸਾਂਝ ਕੇਂਦਰ ਦੇ ਵਿੱਚ ਸਾਡੇ ਇੱਥੇ ਰਿਪੋਰਟ ਕਰ ਦਿੰਦੇ ਨੇ ਕਿ ਸਾਡਾ ਮੋਬਾਈਲ ਗੁਆਚ ਗਿਆ ਹੈਗਾ। ਅਤੇ ਉਹ ਸਾਡੇ ਕੋਲ ਕੋਈ ਰਾਊਂਡ 800 ਤੋਂ ਵੱਧ ਜਿਹੜੀਆਂ ਸੀਗੀਆਂ ਲੋਸਟ ਜਿਹੜੀਆਂ ਮੋਬਾਈਲਸ ਦੀਆਂ ਇਨਫੋਰਮੇਸ਼ਨ ਰਿਸੀਵ ਹੋਈ ਵੀ ਸੀ ਸਾਡੇ ਸਾਂਝ ਕੇਂਦਰਾਂ ਵਿੱਚ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੰਪਾਈਲ ਕਰਕੇ ਅਸੀਂ ਇੱਕ ਮਿਸ਼ਨ ਬਣਾਇਆ ਕਿ ਲੋਕਾਂ ਦਾ ਜੋ ਕਿ ਹੈਗਾ ਇਹ ਕਾਫੀ ਮਹਿੰਗੇ ਹੁੰਦੇ ਨੇ ਮੋਬਾਈਲ, ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਹੁੰਦਾ, ਹਰ ਆਦਮੀ ਨਹੀਂ ਅਫੋਰਡ ਕਰ ਸਕਦਾ, ਦਾਦਾ 15-15, 20-25 ਹਜ਼ਾਰ ਦੇ ਮੋਬਾਈਲ ਵੀ ਹੈ। ਤਾਂ ਇਸ ਕਰਕੇ ਸਾਡੀ ਜਿਹੜੀ ਟੈਕਨੀਕਲ ਟੀਮ ਅਤੇ ਸਾਂਝ ਕੇਂਦਰ ਵਾਲੇ ਨੇ ਇਹਨਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ DSP ਕੰਟਰੋਲ ਸਾਹਿਬ SP ਹਰਕੋਟ ਸਾਹਿਬ ਦੀ ਸੁਪਰਵੀਜ਼ਨ ਵਿੱਚ, ਸੋ ਸਾਡੇ ਕੋਲ ਬੜੇ ਪੋਜ਼ਿਟਿਵ ਰਿਜ਼ਲਟਸ ਆਏ ਹੈ। ਅਤੇ ਅਸੀਂ ਇਹਦੇ ਵਿੱਚ 400 ਮੋਬਾਈਲ ਤਾਂ ਤੁਹਾਡੇ ਅੱਗੇ ਡਿਸਪਲੇ ਕੀਤਾ ਜੋ ਫਿਜ਼ੀਕਲੀ ਅਸੀਂ ਰਿਕਵਰ ਕਰ ਚੁੱਕੇ ਹਾਂ, ਅਤੇ ਅਸੀਂ ਇਹਨਾਂ ਨੂੰ ਰਾਈਟਫੁੱਲ ਓਨਰਸ ਨੂੰ ਅਸੀਂ ਹੈਂਡਓਵਰ ਕਰ ਰਹੇ ਹਾਂ। ਕੁਛ ਰਾਈਟਫੁੱਲ ਓਨਰਸ ਅੱਜ ਆਏ ਵੀ ਹਨ ਬਿਨਾਂ ਕਿਸੇ ਉਹਨਾਂ ਨੂੰ ਕਿਸੇ ਉਸ 'ਤੇ ਵੀ ਉਹਨਾਂ ਨੂੰ ਇਨਕਨਵੀਨੀਅੰਸ ਨਾ ਹੋਵੇ, ਅਸੀਂ ਉਹਨਾਂ ਨੂੰ ਇਨਫੋਰਮ ਕਰ ਦਾਂਗੇ ਜਦੋਂ ਉਹਨਾਂ ਕੋਲ ਕਨਵੀਨੀਅੰਟ ਟਾਈਮ ਹੋਊਗਾ ਉਹ ਸਾਡੇ ਤੋਂ ਕਲੈਕਟ ਕਰ ਲੈਣਗੇ। ਹਾਂ ਬਸ਼ਰਤ ਇਹ ਹੈ ਕਿ ਵੀ ਵਿਲ ਵੇਰੀਫਾਈ ਦੈਟ ਦ ਮੋਬਾਈਲ ਅਸੀਂ ਰਾਈਟਫੁੱਲ ਓਨਰ ਨੂੰ ਹੀ ਸਪੁਰਦ ਕਰੀਏ। ਅਤੇ ਇਹਦੇ ਵਿੱਚ ਹਿਸਟਰੀ ਮੈਂ ਵੀ ਦੱਸਣਾ ਚਾਹ ਰਿਹਾ ਕਿ ਅਸੀਂ ਇਹਦੇ ਪਿੱਛੇ ਜੇ ਕੁਝ ਗੈਂਗ ਵੀ ਫੜੇ ਨੇ ਜਿਹਨਾਂ ਤੋਂ ਅਸੀਂ ਮੋਬਾਈਲ ਜਿਹੜੇ ਖੋਹਾਂ 'ਚ ਜਿਹਨਾਂ ਦੇ 379B ਦੇ ਪਰਚੇ ਦਰਜ ਸੀਗੇ ਉਹਦੇ ਵਿੱਚ ਕੁਝ ਦੁਕਾਨਦਾਰ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਸੀ ਉਹ ਵੀ ਫੜਿਆ ਹੈਗਾ ਇੱਕ, ਅਤੇ ਉਹਨਾਂ ਤੋਂ ਵੀ ਬਰਾਮਦਗੀਆਂ ਹੋਈਆਂ। ਬਟ ਦੈਨ ਦੇ ਆਰ ਕੋਰਟ ਮੈਟਰਸ, ਉਹ ਜਿਹੜੀਆਂ ਮੋਬਾਈਲ ਹੋਣਗੇ ਉਹ ਸਪੁਰਦਾਰੀ ਦੇ ਰਾਹੀਂ ਕੋਰਟ ਪ੍ਰੋਸੀਜਰ ਹੁੰਦਾ ਜਿਹੜਾ ਉਸ ਤਰ੍ਹਾਂ ਹੀ ਮਿਲੇਗਾ ਕਿਉਂਕਿ ਉਹ ਸਾਡੀਆਂ ਕੇਸ ਪ੍ਰਾਪਰਟੀਆਂ ਉਹ ਅਸੀਂ ਇਸ ਤਰ੍ਹਾਂ ਹੈਂਡਓਵਰ ਨਹੀਂ ਕਰ ਸਕਦੇ। ਇਹ ਲੋਸਟ ਐਂਡ ਫਾਊਂਡ ਵਾਲੀ ਗੱਲ ਹੈ ਜਿਹੜੇ ਅਸੀਂ ਉਹਨਾਂ ਦੇ ਗੁਆਚੇ ਸੀ ਅਸੀਂ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਦੇ ਦਿੱਤੇ ਹੈਗੇ ਨੇ। ਔਰ ਕਈ ਇਹਦੇ ਵਿੱਚ ਐਂ ਹੁੰਦਾ ਵੀ ਜਿਸ ਤਰ੍ਹਾਂ ਆਪਣਾ ਇੱਕ ਫੋਨ ਗੁੰਮ ਜਾਂਦਾ ਅਸੀਂ ਇਨਫੋਰਮ ਕਰ ਦਿੰਦੇ ਹਾਂ, ਵੀ ਡੂ ਰਜਿਸਟਰ ਆ ਕੰਪਲੇਂਟ, ਅਸੀਂ ਉਹਦੇ 'ਚ ਇੰਦਰਾਜ ਕਰ ਲੈਂਦੇ ਹਾਂ, ਰਿਸੀਵ ਕਰ ਲੈਂਦੇ ਹਾਂ। ਪਰ ਜਦੋਂ ਅਸੀਂ ਹੁਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਥੋੜ੍ਹੀ ਦੇਰ ਬਾਅਦ ਉਹ ਕਹਿੰਦਾ ਕਿ ਮੇਰੇ ਘਰੋਂ ਹੀ ਲੱਭ ਗਿਆ, ਹੋਈ ਜਾਂਦਾ ਨਾ ਕਈ ਵਾਰੀ ਆਪਾਂ ਮਿਸਪਲੇਸ ਕਰ ਦਿੰਦੇ ਹਾਂ। ਅਤੇ ਬਟ ਦੈਨ ਅਸੀਂ ਉਹਨੂੰ ਉਹ ਵੀ ਅਸੀਂ ਇਹਦੇ ਵਿੱਚ 100 ਕੁ ਬੰਦੇ ਇਹ ਵੀ ਪਤਾ ਲੱਗੇ ਜਿਨ੍ਹਾਂ ਨੇ ਸਾਨੂੰ ਇਨਫੋਰਮ ਕੀਤਾ ਸੀ, ਬਟ ਦੈਨ ਉਹਨਾਂ ਨੂੰ ਆਪਣੇ ਆਪ ਹੀ ਉਹਨਾਂ ਦਾ ਮੋਬਾਈਲ ਉਹਨਾਂ ਤੋਂ ਟਰੇਸ ਕਰ ਲਿੱਤਾ ਗਿਆ ਸੀਗਾ।
ਇਹਦੇ ਵਿੱਚ ਇੱਕ ਬੜੀ ਜਿਹੜੀ ਉੱਭਰ ਕੇ ਗੱਲ ਸਾਹਮਣੇ ਆ ਰਹੀ ਹੈ, ਜਿਹੜੀ ਗੱਲ ਮੈਂ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ, ਜਾਗਰੂਕ ਕਰਨਾ ਚਾਹੁੰਦਾ ਕਿ ਹਮੇਸ਼ਾ ਮੋਬਾਈਲ ਆਥੋਰਾਈਜ਼ਡ ਡੀਲਰ ਤੋਂ ਲੈਣਾ ਚਾਹੀਦਾ, ਉਹਦੇ ਤੋਂ ਪ੍ਰੋਪਰ ਰਿਸੀਟ ਲੈਣੀ ਚਾਹੀਦੀ ਹੈ। ਆਪਣੇ ਜਿਹੜੇ ਮੋਬਾਈਲ ਦਾ ਕੋਈ IME ਨੰਬਰ ਹੁੰਦਾ ਹੈਗਾ ਉਹ ਆਪਣਾ ਨੋਟ ਕਰਕੇ ਰੱਖਣਾ ਚਾਹੀਦਾ ਸੈਪਰੇਟ, ਤਾਂ ਜੋ ਕਿਸੇ ਗੁੰਮ ਹੋਣ ਦੀ ਸੂਰਤ ਵਿੱਚ ਸਾਨੂੰ ਉਹ ਦੱਸ ਸਕਣ। ਅਤੇ ਕਈ ਵਾਰੀ ਇਹਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਸੈਕਿੰਡ ਹੈਂਡ ਮੋਬਾਈਲ ਖਰੀਦਦੇ ਹਾਂ, ਵਲਨਰੇਬਲ ਲੋਕ ਹੈ, ਮੈਂ ਮੰਨਦਾ ਸਾਡੇ ਤੋਂ ਗਲਤੀ ਹੋ ਜਾਂਦੀ ਹੈ, ਕਈ ਵਾਰੀ ਅਸੀਂ ਬਹੁਤ ਸਸਤਾ ਮਿਲ ਰਿਹਾ ਹੁੰਦਾ ਅਸੀਂ ਲੈ ਲੈਂਦੇ ਹਾਂ, ਪਰ ਉਹ ਚੋਰੀ ਦਾ ਵੀ ਹੋ ਸਕਦਾ ਹੈ। ਉਹਦੇ ਕੋਲ ਕਾਨੂੰਨੀ ਪੇਚੀਦਗੀਆਂ ਤੋਂ ਬਚਣ ਲਈ ਸਾਨੂੰ ਆਥੋਰਾਈਜ਼ ਡੀਲਰਸ ਤੋਂ, ਵੇਰੀਫਾਈਡ ਡੀਲਰਸ ਤੋਂ ਹੀ ਲੈਣਾ ਚਾਹੀਦਾ ਮੋਬਾਈਲ, ਅਤੇ ਪ੍ਰੋਪਰ ਰਿਸੀਟ ਲੈਣੀ ਚਾਹੀਦੀ ਹੈ ਉਹਨਾਂ ਤੋਂ ਕਿ ਇੰਨੇ ਪੈਸੇ ਦੇ ਦਿੱਤਾ, ਇੰਨੇ ਪੈਸੇ ਉਹਨੇ ਰਿਸੀਵ ਕੀਤੇ, ਪ੍ਰੋਪਰ ਰਿਸੀਟ, ਤਾਂ ਜੋ ਕੱਲ੍ਹ ਨੂੰ ਕੋਈ ਚੋਰੀ ਦਾ ਮਾਲ ਤੁਹਾਨੂੰ ਕੋਈ ਗਲਤੀ ਨਾਲ ਆਪਾਂ ਖਰੀਦ ਵੀ ਲੈਂਦੇ ਹਾਂ, ਬਟ ਦੈਨ ਸਾਡੇ ਕੋਲ ਇੱਕ ਪਰੂਫ ਹੋਵੇ ਕਿ ਅਸੀਂ ਫਲਾਂ ਫਲਾਂ ਥਾਂ ਤੋਂ ਖਰੀਦਿਆ ਹੈਗਾ। ਸੋ ਇਸ ਕਾਨੂੰਨੀ ਪੇਚੀਦਗੀਆਂ ਤੋਂ ਬਚਣ ਲਈ ਮੈਂ ਇਸ ਮਾਧਿਅਮ ਰਾਹੀਂ ਆਪਦੇ ਇਸ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ। ਨਹੀਂ, ਦੁਕਾਨ ਤੋਂ ਚੋਰੀ ਨਹੀਂ ਕੀਤੇ ਵੇ, ਇਹ ਲੋਕਾਂ ਦੇ ਲੋਸਟ ਐਂਡ ਸਟੋਰ ਜਿਹੜੀ ਹੈਗੀ ਹੈ, ਕੋਈ ਪ੍ਰੋਪਰਟੀ ਸੀ ਜਿਹੜੇ ਤੁਸੀਂ ਸਾਨੂੰ ਕਿਹਾ ਕਿ ਮੇਰਾ ਮੋਬਾਈਲ ਗੁੰਮ ਚੁੱਕਿਆ, ਹੁਣ ਰਸਤੇ 'ਚ ਡਿੱਗ ਪੈਂਦਾ, ਜਿਸ ਤਰ੍ਹਾਂ ਆਪਣੇ ਦੋਸਤ ਨੇ ਹੀ ਦੱਸਿਆ ਹੁਣੀ, ਤਾਂ ਉਹ ਜਦੋਂ ਦੱਸ ਦਿੰਦੇ ਆ ਕਿ ਮੈਂ ਫਲਾਨਾ ਦੁਕਾਨ 'ਤੇ ਗਿਆ ਸੀ, ਬਾਜ਼ਾਰ 'ਚ ਗਿਆ ਸੀ, ਮੇਰਾ ਡਿੱਗ ਪਿਆ, ਤਾਂ ਉਸ ਤਰ੍ਹਾਂ ਕਿਸੇ ਨੂੰ ਮਿਲ ਜਾਂਦਾ ਹੈ, ਅਗਲਾ ਕੋਸ਼ਿਸ਼ ਕਰਦਾ ਰਾਈਟਫੁੱਲ ਓਨਰ ਨੂੰ ਦੇਣ ਲਈ, ਜਾਂ ਅਗਲਾ ਆਪਣੇ ਗਰੁੱਪ 'ਚ ਪਾ ਦਿੰਦਾ ਕਿ ਮੇਰੇ ਕੋਲ ਇੱਕ ਮੋਬਾਈਲ ਮਿਲਿਆ ਹੈਗਾ, ਅਤੇ ਜੇ ਕੋਈ ਬੰਦਾ ਆਪਦਾ ਨਿਸ਼ਾਨੀ ਦੇ ਕੇ ਲੈ ਜੇ, ਪਰ ਉਹ ਸਾਨੂੰ ਵੀ ਦੱਸ ਦਿੰਦਾ ਹੈਗਾ, ਜਾਂ ਜਿਹੜਾ ਜਿਹਦਾ ਗੁਆਚਿਆ ਹੁੰਦਾ ਉਹ ਸਾਨੂੰ ਦੱਸ ਦਿੰਦਾ, ਤਾਂ ਅਸੀਂ ਫਿਰ ਜਦੋਂ, ਤੁਹਾਨੂੰ ਪਤਾ ਹੀ ਆ ਟੈਕਨੀਕਲ ਹੈਗੀਆਂ ਕਈ ਗੱਲਾਂ ਮੈਂ ਸ਼ੇਅਰ ਨਹੀਂ ਕਰ ਸਕਦਾ, ਜਦੋਂ ਹੀ ਉਹ ਚਾਲੂ ਹੋਏਗਾ ਜਾਂ EMI ਜਦੋਂ ਉਹਦੇ ਵਿੱਚ ਅਸੀਂ ਸਰਚ ਕਰਦੇ ਰਹਿੰਦੇ ਹਾਂ, ਜਿਸ ਤਰ੍ਹਾਂ ਵੀ ਕੋਈ ਸਾਹਮਣੇ ਆਉਂਦੀ ਹੈ ਫਿਰ ਅਸੀਂ ਉਸਨੂੰ ਰਿਕਵਰ ਕਰ। ਹਾਂ, ਟਾਈਮ ਕੰਜ਼ਿਊਮਿੰਗ ਤਾਂ ਹੈਗਾ ਹੀ ਹੈ, ਔਰ ਕੁਛ ਟੈਕਨੀਕਲ ਪੇਚੀਦਗੀਆਂ ਇਹਦੇ ਵਿੱਚ ਹੈਗੀਆਂ ਜਿਹੜੀਆਂ ਆਈ ਸ਼ੁੱਡ ਨੋਟ ਬੀ ਸ਼ੇਅਰਿੰਗ ਇਨ ਦੀ ਪਬਲਿਕ ਇੰਟਰਸਟ, ਕਿਉਂਕਿ ਉਹ ਫਿਰ ਉਹ ਸਾਰੀ ਦੁਨੀਆ ਉਹਦਾ ਇਤਿਆਦ ਲੈਣ ਲੱਗ ਪੈਂਦੀ ਹੈ। ਇੱਥੇ ਵਿੱਚ ਇਹ ਹੈ ਕਿ ਅਸੀਂ ਆਸ ਪਾਸ ਦੇ ਇਲਾਕਿਆਂ 'ਚੋਂ ਐਜ਼ ਫਾਰ ਐਜ਼ ਲੁਧਿਆਣਾ, ਦਿੱਲੀ, ਚੰਡੀਗੜ੍ਹ ਤੋਂ ਵੀ ਮੋਬਾਈਲ ਰਿਕਵਰ ਕਰਕੇ ਲੈ ਕੇ ਆਏ ਹਾਂ, ਜਿਹੜੇ ਮਤਲਬ ਕਈ ਵਾਰੀ ਕੋਈ ਬੰਦਾ ਬੱਸ 'ਚ ਸਫ਼ਰ ਕਰ ਰਿਹਾ ਹੁੰਦਾ ਹੈ, ਜਾਂ ਬੰਦਾ ਇੱਥੋਂ ਘੁੰਮਣ ਗਿਆ ਹੁੰਦਾ ਹੈ, ਉਹਨੂੰ ਇੱਥੇ ਆ ਕੇ ਪਤਾ ਲੱਗਦਾ ਉਹਦਾ ਮੋਬਾਈਲ ਮਤਲਬ ਕਰਦਾ, ਪਰ ਉਹ ਲਿਖਾ ਦਿੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿੱਥੇ ਗੁਆਚਿਆ। ਸੋ ਮੈਂ ਦੱਸ ਰਿਹਾ ਤੁਹਾਨੂੰ, 400 ਤੋਂ ਵੱਧ ਅਸੀਂ ਫਿਜ਼ੀਕਲੀ ਰਿਕਵਰ ਕਰ ਲਿੱਤੇ ਹੈਗੇ ਨੇ, ਤਾਂ ਉਹਦੇ ਵਿੱਚੋਂ 200-250 ਸਾਡੇ ਅਸੀਂ ਆਇਡੈਂਟੀਫਾਈ ਕਰ ਲਏ ਨੇ, ਉਹ ਜਦੋਂ ਵੀ ਰਿਕਵਰ ਹੋਣਗੇ ਫਿਜ਼ੀਕਲੀ ਤਾਂ ਹੀ ਹੈਂਡ ਓਵਰ ਕਰਾਂਗੇ। ਸੋ ਵੀ ਆਰ ਇਨ ਦੀ ਪ੍ਰੋਸੈਸ, ਸਾਡਾ ਮਤਲਬ ਮੈਂ ਕਹਿ ਸਕਦਾ ਮਾਈ ਟੀਮ ਸਾਂਝ ਕੇਂਦਰ ਦੀ ਟੀਮ, ਟੈਕਨੀਕਲ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਅਰਾਊਂਡ ਸਾਨੂੰ 70% ਦੀ ਰਿਕਵਰੀ। ਅਤੇ ਪਰ ਸਾਨੂੰ ਵੀ ਇੰਨਾ ਹੌਸਲਾ ਹੋਇਆ ਵੀ ਜਦੋਂ ਸਾਨੂੰ ਇਹ ਮੋਬਾਈਲ ਮਿਲ ਗਿਆ ਅਸੀਂ ਬਹੁਤ ਖੁਸ਼ ਹਾਂ, ਅਤੇ ਪੰਜਾਬ ਪੁਲਿਸ ਦੀ ਇਸ ਕਾਰਗੁਜ਼ਾਰੀ ਤੁਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਅਤੇ ਇਸਦੇ ਨਾਲ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਪੰਜਾਬ ਪੁਲਿਸ ਦਾ ਕਿ ਹਾਵੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ। ਅਤੇ ਅੱਜ ਪਰ ਪੁਲਿਸ ਨੇ ਲੱਭ ਕੇ ਸਾਨੂੰ ਫੋਨ ਕਰਿਆ, ਜਦੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਬੜੀ ਖੁਸ਼ੀ ਹੋਈ, ਅਤੇ ਸਾਰਿਆਂ ਨੇ ਪੁਲਿਸ ਦਾ ਬੜਾ ਬੜਾ ਧੰਨਵਾਦ ਕੀਤਾ।